ਗਾਇਕ ਰੇਸ਼ਮ ਅਨਮੋਲ ਹਾਜ਼ਰੀ ਲਵਾਉਣ ਪਹੁੰਚੇ ਹੋਏ ਨੇ, ਗੱਲਬਾਤ ਕਰਦੇ ਹਾਂ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਕਹਿਣਾ ਚਾਹੋਗੇ ਅਰਦਾਸ ਮੌਕੇ? ਕੁਝ ਨਹੀਂ ਜੀ, ਇੱਥੇ ਸਜਦਾ ਕਰਨ ਆਏ ਆਪਾਂ, ਔਰ ਇਹਨਾਂ ਨੇ ਇਕੱਲੇ ਪੰਜਾਬ ਦੇ ਲਈ ਨਹੀਂ, ਜਿਹੜੀ ਕਿਸਾਨਾਂ ਦੀ ਹੱਕ ਹੈ ਜਾਂ MSP ਦੀ ਗੱਲ ਹੈ, ਸਵਾਮੀਨਾਥਨ ਦੀ ਰਿਪੋਰਟ ਹੈ, ਪੰਜਾਬ ਤਾਂ ਆਲਰੇਡੀ 20-30% ਕਿਸਾਨ ਆਲਰੇਡੀ ਕਾਫੀ ਖੁਸ਼ਹਾਲ ਨੇ, ਪਰ ਮੈਜੋਰਿਟੀ ਦਾ ਬੁਰਾ ਹਾਲ ਹੈ। ਪਰ ਜਿਹੜੀ MSP ਦੀ ਡਿਮਾਂਡ ਹੈ ਪੂਰੇ ਦੇਸ਼ ਲਈ ਹੈ, ਇਕੱਲੇ ਪੰਜਾਬ ਲਈ ਨਹੀਂ ਮੰਗ ਰਹੇ, ਉਹ ਆਪਣੇ ਲਈ ਨਹੀਂ ਗਿਆ ਸੀਗਾ, ਉਹ ਉੱਥੇ ਪੂਰੇ ਦੇਸ਼ ਦੇ ਹੱਕਾਂ ਲਈ ਕਿਸਾਨੀ ਦੀ ਡਿਮਾਂਡ ਕਰਨ ਗਿਆ ਸੀਗਾ, ਜਿਹਨੂੰ ਸਰਕਾਰਾਂ ਨੇ ਸ਼ਹੀਦ ਕੀਤਾ, ਔਰ ਅੱਜ ਆਪਾਂ ਸਜਦਾ ਕਰਨ ਆਏ ਹਾਂ, ਉਹਨੂੰ ਮੱਥਾ ਟੇਕਣ ਆਏ ਹਾਂ, ਸਾਡਾ ਸਿਰ ਝੁਕਦਾ ਇਦਾਂ ਦੇ ਸ਼ਹੀਦਾਂ। ਰੇਸ਼ਮ ਜੀ, ਇੱਕ ਗੱਲ ਹੋ ਰਹਾ ਹੈ, MSP ਦੇ ਮੁੱਦੇ ਦੀ ਗੱਲ ਹੈ, ਪਹਿਲੀਆਂ ਵੀ ਮੰਗਾਂ 'ਚ ਹਮੇਸ਼ਾ ਇਹ ਸ਼ਾਮਲ ਰਹੀ ਹੈ, ਜਿਵੇਂ ਕਿਸਾਨ ਆਗੂ ਗੱਲੇਵਾਲ ਹੋਰਾਂ ਨੇ ਵੀ ਕਿਹਾ ਸੀ ਕਿ MSP 5 ਮਿੰਟ 'ਚ ਹੱਲ ਹੋਣ ਵਾਲਾ ਮੁੱਦਾ ਨਹੀਂ, ਲੱਗਦਾ ਕਿ ਇਸ ਤਰ੍ਹਾਂ ਦਬਾਅ ਪਾ ਕੇ ਹੁਣ ਕੇਂਦਰ ਸਰਕਾਰ ਤੋਂ ਇਹ ਮੰਗ ਮੰਗਵਾਈ ਜਾ ਸਕਦੀ ਹੈ? ਦੇਖੋ, ਮੰਗ ਤਾਂ ਦਬਾਅ ਪਾ ਕੇ ਹੀ, ਹੱਕ ਇੱਦਾਂ ਨਹੀਂ ਮਿਲਦੇ ਹੁੰਦੇ, ਔਰ ਇਹ ਲੜਾਈ ਕਾਰਪੋਰੇਟ ਦੇ ਖਿਲਾਫ ਹੈ, ਇਕੱਲੀ ਇੱਕ ਸਰਕਾਰ ਦੇ ਖਿਲਾਫ ਨਹੀਂ ਹੈਗੀ। 77 ਸਾਲ ਹੋ ਗਏ ਕਿਸਾਨਾਂ ਨੂੰ ਵੇਟ ਕਰਦਿਆਂ ਨੂੰ, ਔਰ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੇ ਇਹ ਕਮਿਟਮੈਂਟ ਕੀਤੀਆਂ ਹੋਈਆਂ, ਸਵਾਮੀਨਾਥਨ ਦੀ ਰਿਪੋਰਟ ਦੀ, MSP ਦੇ ਕਾਨੂੰਨ ਦੀ, ਉਹਨਾਂ ਦੀ ਕਮਿਟਮੈਂਟ, ਉਹਨਾਂ ਦੇ ਪ੍ਰੋਮਿਸ ਆਪਾਂ ਉਹਨਾਂ ਨੂੰ ਯਾਦ ਕਰਵਾ ਰਹੇ ਹਾਂ, ਨਵਾਂ ਤਾਂ ਕੁਝ ਮੰਗ ਹੀ ਨਹੀਂ ਰਹੇ। ਪਰ ਹੁਣ ਚੋਣਾਂ ਦਾ ਟਾਈਮ ਹੈ, ਤੇ ਹੁਣ ਲੱਗਦਾ ਕਿਉਂਕਿ ਅੰਦੋਲਨ ਤੇ ਚੋਣਾਂ ਦੇ ਟਾਈਮ ਦੇ ਵਿੱਚ ਹੁਣ ਜਾਬਤਾ ਲੱਗ ਜਾਏਗਾ, ਹੁਣ ਫਿਰ ਅੰਦੋਲਨ ਦੀ ਕੀ ਅੱਗੇ ਰੂਪ ਰੇਖਾ ਹੋਏਗੀ? ਦੇਖੋ, ਰੂਪ ਰੇਖਾ ਤਾਂ ਸਾਡੇ ਕਿਸਾਨ ਆਗੂ ਦੱਸਣਗੇ, ਮੈਂ ਤੇ ਇੱਕ ਕਲਾਕਾਰ ਔਰ ਕਿਸਾਨ ਹੋਣ ਦੇ ਨਾਤੇ ਹਮੇਸ਼ਾ ਤੋਂ ਹੀ ਮੈਂ ਵੀ ਕਿਸਾਨ ਪਰਿਵਾਰ ਤੋਂ ਬਿਲੋਂਗ ਕਰਦਾ, ਔਰ ਆਪਾਂ ਸਪੋਰਟ ਕਰਨ ਆਏ ਹਾਂ, ਅੱਜ ਤਾਂ ਸਜਦਾ ਕਰਨ ਆਏ ਹਾਂ, ਔਰ ਫਾਰਮਰ ਪ੍ਰੋਟੈਸਟ 2 ਗਾਣਾ ਵੀ ਆਪਾਂ ਨੇ ਰਿਲੀਜ਼ ਕੀਤਾ, ਔਰ ਹਮੇਸ਼ਾ ਤੋਂ ਜਦੋਂ ਵੀ ਕਿਸਾਨੀ ਦੀ ਹੱਕ ਸੱਚ ਦੀ ਇਨਸਾਨੀਅਤ ਦੀ ਗੱਲ ਹੋਏਗੀ ਤੇ ਆਪਾਂ ਸਪੋਰਟ ਕਰਾਂਗੇ। ਭਾਜਪਾ ਦੀ ਗੱਲ ਕਰੀਏ, ਚੋਣਾਂ ਦਾ ਟਾਈਮ ਹੈ, ਅਕਾਲੀ ਦਲ ਔਰ ਭਾਜਪਾ ਫਿਰ ਤੋਂ ਗੱਠਜੋੜ ਕਰਨ ਨੂੰ ਫਿਰਦਾ ਹੈ, ਦੂਜੇ ਪਾਸੇ ਲਖੀਮਪੁਰ ਖੀਰੀ ਦੇ ਵਿੱਚ ਜੋ ਅਜੇ ਮਿਸ਼ਰਾ ਟੈਨੀ ਹੈ ਉਸ ਨੂੰ ਮੁੜ ਤੋਂ ਟਿਕਟ ਦੇ ਦਿੱਤੀ ਗਈ ਹੈ, ਪੰਧੇਰ ਸਾਹਿਬ ਵੀ ਰਾਤੀ ਇਤਰਾਜ਼ ਜਤਾ ਰਹੇ ਸੀ। ਬੜਾ ਦੁੱਖ ਹੁੰਦਾ ਹੈ ਜੀ, ਜੇ ਉਹਨਾਂ ਨੂੰ ਟਿਕਟ ਕੀਤਾ ਗਿਆ, ਬਹੁਤ ਮਾੜੀ ਗੱਲ ਹੈ, ਇਹਦੇ ਨਾਲ ਕਿਸਾਨਾਂ ਦੇ ਜ਼ਖਮ ਹੋਰ ਹਰੇ ਹੁੰਦੇ ਨੇ, ਬਾਕੀ ਆਉਣ ਵਾਲਾ ਟਾਈਮ ਦੱਸੇਗਾ ਜੇ ਕੋਈ, ਕਿਉਂਕਿ ਰਾਜਨੀਤੀ ਸਾਡੀ ਸਮਝ ਤੋਂ ਬਾਹਰ ਹੈ, ਔਰ ਸਾਡਾ ਕੰਮ ਹੈ ਕਿਸਾਨਾਂ ਨੂੰ ਸਪੋਰਟ ਕਰਨਾ, ਲੋਕਤੰਤਰ ਹੈ, ਕੋਈ ਗਠਜੋੜ ਕਰਦਾ ਨਾ ਕਰਦਾ ਹੈ, ਕਿਉਂਕਿ ਲੋਕ ਡਿਸਾਈਡ ਕਰਨਗੇ ਵੋਟਾਂ ਪਾ ਕੇ। ਇਸ ਅੰਦੋਲਨ 'ਚ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਕਿੱਦਾਂ ਵੇਖਦੇ ਹੋ? ਪੰਜਾਬ ਸਰਕਾਰ ਦੇ ਕਈ ਵਧੀਆ ਫੈਸਲੇ ਵੀ ਰਹੇ, ਸਟਾਰਟਿੰਗ 'ਚ ਉਹਨਾਂ ਨੂੰ ਬਾਰਡਰ ਤੱਕ ਜਾਣ ਦਿੱਤਾ ਗਿਆ, ਪਰ ਜਿਨ੍ਹਾਂ FIR 'ਚ ਟਾਈਮ ਲੱਗਿਆ ਉਹਦੇ ਨਾਲ ਮਨ ਬੜਾ ਦੁਖੀ ਹੋਇਆ ਸੀ। ਤੇ ਹੁਣ ਜਿਵੇਂ ਪ੍ਰਿਤਪਾਲ ਸਿੰਘ ਨਾਲ ਹੋਇਆ, ਹੋਰ ਵੀ ਦੱਸਿਆ ਜਾ ਰਿਹਾ ਕਿ ਕਈ ਨੌਜਵਾਨਾਂ ਨੂੰ ਜ਼ਖਮੀ ਕੀਤਾ, ਉਹਨਾਂ ਦਾ ਹਾਲ ਬੇਹਾਲ ਹੈ, ਤੇ ਕਾਰਵਾਈਆਂ ਹੋ ਰਹੀਆਂ ਨੇ ਇਸ ਬਾਰੇ ਕੀ? ਜ਼ੁਲਮ ਹਮੇਸ਼ਾ ਹੀ, ਜਦੋਂ ਵੀ ਪੰਜਾਬ ਤੇ ਜ਼ੁਲਮ ਹੁੰਦਾ ਹੈ, ਪੰਜਾਬ ਬਾਉਂਸ ਬੈਕ ਕਰਦਾ, ਔਰ ਜਿੰਨਾ ਵੀ ਸ਼ਹੀਦਾਂ ਦਾ ਖੋਲ ਡੁੱਲਦਾ ਹਮੇਸ਼ਾ ਹੀ ਇਹ ਰੰਗ ਲੈ ਕੇ ਆਉਂਦਾ ਹੈ, ਔਰ ਆਪਾਂ ਨੇ ਲੋਕਤੰਤਰਿਕ ਦਾਇਰੇ ਦੇ ਵਿੱਚ ਰਹਿ ਕੇ, ਮੈਂ ਯੂਥ ਨੂੰ ਰਿਕੁਐਸਟ ਕਰਦਾ ਸਾਰਿਆਂ ਨੇ, ਕਿਸੇ ਨੂੰ ਗਾਲ ਨਹੀਂ ਕੱਢਣੀ, ਲੜਨਾ ਨਹੀਂ ਕਿਸੇ ਨਾਲ, ਆਪਾਂ ਸ਼ਾਂਤਮਈ ਤਰੀਕੇ ਦੇ ਨਾਲ ਰਹਿ ਕੇ ਲੋਕਾਂ ਨੂੰ ਅਵੇਅਰ ਕਰਨਾ ਸਾਡੀਆਂ ਮੰਗਾਂ ਕੀ ਨੇ, ਆਪਣੀ ਲੜਾਈ ਥੋੜਾ, ਨਾ ਕਿਸੇ ਤੋਂ ਵੋਟਾਂ ਲੈਣੀਆਂ, ਨਾ ਆਪਾਂ ਕਿਸੇ ਨੂੰ ਮਾੜਾ ਕਹਿਣਾ, ਸਾਡੇ ਤਾਂ ਜਿਹੜੇ ਬਣਦੇ ਹੱਕ ਹੈ, ਸਰਕਾਰਾਂ ਨੇ ਪ੍ਰੋਮਿਸ ਕੀਤੇ ਆ, ਉਹਦੀ ਲੜਾਈ ਹੈ ਤੇ ਆਪਾਂ ਨਾਲ ਖੜੇ। ਭਾਰਤ 'ਚ ਕਹਿ ਦਿੱਤਾ ਜਾਂਦਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਮਾੜੀਆਂ ਤਾਂ ਕਿਸਾਨੀ ਇਸ ਪੱਧਰ ਤੇ ਆ, ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਚੱਲ ਰਹੇ ਆ ਅੰਦੋਲਨ, ਉਹਨਾਂ ਬਾਰੇ ਕੀ ਕਹੋ? ਐਕਚੁਅਲੀ ਯੂਰਪ ਦੇ ਵਿੱਚ, ਫਰਾਂਸ ਦੇ ਵਿੱਚ, ਜਰਮਨੀ ਦੇ ਵਿੱਚ, ਪੋਲੈਂਡ ਦੇ ਵਿੱਚ, ਸਾਰੀ ਜਗ੍ਹਾ ਕਿਸਾਨ ਪ੍ਰੋਟੈਸਟ ਕਰ ਰਹੇ ਨੇ, ਔਰ ਲੜਾਈ ਤੁਹਾਨੂੰ ਦੱਸਿਆ ਮੈਂ, ਇਹ ਕਿਸਾਨਾਂ ਨੂੰ ਕੋਈ ਸਮਝਦਾ ਕੱਖ ਨਹੀਂ, ਕਾਰਪੋਰੇਟ ਕਬਜ਼ਾ ਕਰਨਾ ਚਾਹੁੰਦੇ ਆ ਪੂਰੀ ਦੁਨੀਆ ਦੀ ਐਗਰੀਕਲਚਰ ਪ੍ਰੋਡਕਸ਼ਨ ਤੇ, ਖਾਣ ਪੀਣ ਦੀਆਂ ਚੀਜ਼ਾਂ ਤੇ, ਖੇਤੀਬਾੜੀ ਤੋਂ ਉਹ ਕਿਸਾਨਾਂ ਨੂੰ ਬਾਹਰ ਕੱਢਣਾ ਚਾਹੁੰਦੇ ਆ, ਔਰ ਇਹ ਲੜਾਈ ਵੱਡੇ ਪੱਧਰ ਤੇ ਆ। ਇੱਕ ਆਖਰੀ ਸਵਾਲ, ਸੰਗੀਤ ਜਗਤ ਦੇ ਲੋਕ ਘੱਟ ਨਜ਼ਰ ਆ ਰਹੇ ਨੇ ਇਸ ਵਾਰ ਅੰਦੋਲਨ 'ਚ? ਆਪਾਂ ਤਾਂ ਰਿਕੁਐਸਟ ਹੀ ਕਰ ਸਕਦੇ ਹਾਂ, ਕਿਉਂਕਿ ਆਪਾਂ ਪੰਜਾਬ ਤੋਂ ਖਾ ਰਹੇ ਹਾਂ, ਕਿਸਾਨਾਂ ਦੇ ਘਰਾਂ ਤੋਂ ਵਿਆਹਾਂ ਦੇ ਪ੍ਰੋਗਰਾਮ ਵੀ ਉੱਥੇ ਲੱਗਦੇ ਆ, ਮੇਲੇ ਵੀ ਪੰਜਾਬ 'ਚ ਲੱਗਦੇ ਆ,
ਔਰ ਸਾਰਿਆਂ ਨੂੰ ਆਉਣਾ ਚਾਹੀਦਾ ਹੈ, ਆਪਾਂ ਰਿਕੁਐਸਟ ਹੀ ਕਰ ਸਕਦੇ ਹਾਂ, ਜੇ ਕੋਈ ਆਉਂਦਾ ਤਾਂ ਵੀ ਠੀਕ ਹੈ, ਨਹੀਂ ਆਉਂਦਾ ਆਪਣਾ ਆਪਣਾ ਜ਼ਮੀਰ ਹੈ ਸਾਰਿਆਂ ਦਾ। ਥੈਂਕ ਯੂ। ਸੋ ਇਹ ਸੀ ਗਾਇਕ ਰੇਸ਼ਮ ਸਿੰਘ ਅਨਮੋਲ, ਜੋ ਕਿ ਸ਼ੁਭਕਰਮ ਦੀ ਅੰਤਿਮ ਅਰਦਾਸ ਦੇ ਵਿੱਚ ਹਾਜ਼ਰੀ ਲਵਾਉਣ ਪਹੁੰਚੇ ਹੋਏ ਸੀ। ਕੈਮਰਾਮੈਨ ਸੰਦੀਪ ਦੇ ਨਾਲ ਮੈਂ ਪਰਮਜੀਤ ਕੌਰ ਸੈਣੀ, ABP ਸਾਂਝਾ।